ਉਹ ਗਾੜੀ ਹੀ ਮੋਟਰਸਰ ਕਾਫੀ ਗਾੜੀ ਚਲਾਰ ਕੇ ਆਇਆ ਉਹ ਸਿੱਖ ਜੇ ਤੇ ਮੁੰਡੇ ਮੇਰੇ ਨੂੰ ਭੱਜਿਆ ਇਧਰੋਂ ਕਿਸਾਨ ਪਾ ਦਲਵੀਰ ਸਿੰਘ ਮੇਰਾ ਨਾਮ ਹੈ ਜੀ। ਅੱਛਾ ਭਾਜੀ ਕੀ ਹੋਇਆ, ਕੀ ਇਸ ਦਾ ਮਾਮਲਾ ਕੀ ਹੈ? ਮਾਮਲਾ ਸਾਡਾ ਖੈਰਾ ਫਾਈਨੈਂਸ ਕੰਪਨੀ ਦਾ ਇੰਪਲੋਈ ਆ ਇੱਕ, ਜਿਹੜਾ ਕਿ ਡੇਲੀ ਕਿਸ਼ਤਾਂ ਮਤਲਬ ਰਿਕਵਰੀ ਤੇ ਰਿਕਵਰੀ ਕਰਦੇ ਆ, ਤੇ ਠੱਕਰ ਸੰਧੂ, ਠੱਕਰ ਸੰਧੂ ਦੇ ਨੇੜੇ ਪਤਲੇ ਨੂੰ ਜਾਂਦੇ ਰਸਤੇ ਦੇ ਵਿੱਚ ਮੁਲਾਜ਼ਮ ਨਾਲ ਲੁੱਟ ਖੋ ਹੋਈ ਆ, ਤੇ ਤਿੰਨ ਵਿਅਕਤੀ ਹੀ, ਤਿੰਨਾਂ ਬੰਦਿਆਂ ਨੇ ਮੂੰਹ ਫੇਸ ਕਵਰ ਕੀਤੇ ਹੋਏ ਸੀ, ਪਲੈਟੀਨਾ ਮੋਟਰਸਾਈਕਲ ਹੀ, ਉਹਦੀ ਨੰਬਰ ਪਲੇਟ ਕੋਈ ਨਹੀਂ ਸੀ, ਪਰ ਮੋਟਰਸਾਈਕਲ ਨਵਾਂ ਸੀ ਵੀ ਜਿੱਦਾਂ ਚੋਰੀ ਦਾ ਪਹਿਲਾਂ ਵੀ ਆਲਰੇਡੀ ਚੋਰੀ ਹੋਈ ਪਈ ਆ। ਬੰਦੇ ਦੇ ਕੋਲੋਂ ਪੈਸੇ ਖੋਹ ਕੇ ਉਹਦੇ ਪੈਰ ਦੇ ਉੱਤੇ ਸ਼ੂਟ ਕੀਤਾ, ਗੋਲੀ ਮਾਰੀ ਗਈ ਆ ਪੈਰ 'ਤੇ, ਫਿਰ ਜਦੋਂ ਭੱਜਣ ਲੱਗਾ ਥੋੜ੍ਹਾ ਆਪਣੇ ਵੱਲੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪੈਸਾ ਫੜਾ ਦਫੜੀ ਦੇ ਵਿੱਚ, ਅਤੇ ਰਿਵਾਲਵਰ ਦੀ ਬੈਕ ਸਾਈਡ ਜਿਹੜੀ ਉਹਦੀ ਸਿਰ ਦੇ ਉੱਪਰ ਮਾਰੀ ਗਈ ਆ। ਬਾਕੀ ਪੁਲਿਸ ਰਿਪੋਰਟ ਕੀਤੀ ਗਈ ਆ ਉੱਥੇ, ਉਹਨਾਂ ਨੇ ਸੇਖਮੀ ਥਾਣੇ ਦੇ ਵਿੱਚ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਪੂਰੀ ਤਹਿ ਤੱਕ ਪਹੁੰਚਾਂਗੇ। ਵੀਡੀਓ ਵਗੈਰਾ ਉਹਨਾਂ ਨੇ ਖੰਗਾਲੀਆਂ ਕਾਫੀ ਦੇਖਦੇ ਪਏ ਨੇ, ਵੀਡੀਓ ਜਿੱਥੇ ਜਿੱਥੇ ਕੈਮਰੇ ਲੱਗੇ ਪਏ ਸੀ। ਬਾਕੀ ਥੋੜਾ ਟਾਈਮ ਹੋ ਗਿਆ ਵਾ, ਹੁਣ ਬਹੁਤ ਜ਼ਿਆਦਾ ਲੁੱਟ ਖੋ ਹੋ ਚੁੱਕੀ ਆ, ਪਹਿਲਾਂ ਵੀ ਸਾਡੇ ਆ ਇੱਕ ਹਫ਼ਤੇ ਦੇ ਅੰਦਰ ਘੱਟੋ ਘੱਟ 4-5 ਮੁਲਾਜ਼ਮਾਂ ਨਾਲ ਇਸ ਤਰ੍ਹਾਂ ਹੋ ਚੁੱਕਿਆ ਵਾ, ਤੇ ਇਹੋ ਹੀ ਆਸ ਆ ਵੀ ਸ਼ਾਇਦ ਸਰਕਾਰ ਕਿਤੇ ਇਹਦੇ ਇਸ ਚੀਜ਼ ਵੱਲ ਵੀ ਧਿਆਨ ਦੇਵੇ ਵੀ ਸਾਡੇ ਜਿਹੜੇ ਡੇਲੀ ਦੇ ਰੁਜ਼ਗਾਰ ਦੇ ਪ੍ਰਤੀ ਆਪਣਾ ਕੰਮ ਕਰਦੇ ਪਏ ਆ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਗੁਰਦੇਵ ਸਿੰਘ, ਕੀ ਹੋਇਆ ਕੀ? ਮੈਂ ਡੇਲੀ ਬੇਸ ਖੈਰਾ ਫਾਈਨੈਂਸ ਕੰਪਨੀ ਪ੍ਰਾਈਵੇਟ 'ਚ ਕੰਮ ਕਰਦਾ, ਅਤੇ ਡੇਰੀਵਾਲ ਤੋਂ ਮੈਂ ਠੱਕਰ ਸੰਧੂ ਕਿਸ਼ਤਾਂ ਕੱਟ ਕੇ ਜਾ ਰਿਹਾ ਸੀ, ਅਤੇ ਜਦੋਂ ਮੈਂ ਤਤਲੇ ਪਹੁੰਚਣ ਲੱਗਾ ਸੂਏ ਦੇ ਉੱਤੇ, ਤਾਂ ਉੱਥੇ ਮੈਨੂੰ ਪਲਟੀਨਾ ਮੋਟਰਸਾਈਕਲ 'ਤੇ ਤਿੰਨ ਬੰਦੇ ਮਿਲੇ। ਮੈਨੂੰ ਨੰਬਰ ਕੋਈ ਨਹੀਂ, ਪਲੇਟ ਨੰਬਰ ਪਲੇਟ ਕੋਈ ਨਹੀਂ ਲੱਗੀ ਮੋਟਰਸਾਈਕਲ 'ਤੇ, ਉਹਨਾਂ ਪਿਸਤੌਲ ਵਿਖਾ ਲਿਆ ਅਤੇ ਗੋਲੀ ਮਾਰੀ ਮੇਰੇ 'ਤੇ, ਪੈਸੇ ਖੋ ਗਏ, ਫਰਾਰ ਹੋ ਗਏ। ਕਿੰਨੇ ਪੈਸੇ? 9,000 ਰੁਪਈਆ। ਗੋਲੀ ਕਿੱਥੇ ਵੱਜੀ? ਪੈਰ 'ਤੇ ਵੱਜੀ, ਅਤੇ ਇੱਕ ਸਿਰ 'ਤੇ 60 ਵੱਜੀ। ਖਿੱਚ ਤੂੰ ਨਹੀਂ, ਖਾਲੀ ਪਿਸਟਲ ਸਿਰ 'ਚ ਮਾਰਿਆ ਨਾ ਸਿੱਧਾ ਉਹਨੇ। ਹਾਂਜੀ, ਪੁਲਿਸ ਨੂੰ ਇਨਫੋਰਮ ਕੀਤਾ? ਹਾਂਜੀ, FIR ਦਰਜ ਕਰਾਈ ਸੇਖ ਨੂੰ। ਮੈਂ ਡਾਕਟਰ ਪਾਰਥ। ਪੇਸ਼ੈਂਟ ਸਾਡੇ ਕੋਲ ਗੁਰਦੇਵ ਸਿੰਘ ਆਏ ਨੇ, 5 ਵਜੇ ਆਏ ਨੇ, ਅਤੇ ਪੈਰ 'ਤੇ ਸੱਟ ਲੱਗੀ ਇਹਨਾਂ ਦੇ, ਅਤੇ ਸਟੇਬਲ ਹੈ, ਵਾਈਟਲ ਸਟੇਬਲ ਨੇ, ਟ੍ਰੀਟਮੈਂਟ ਇਨੀਸ਼ੀਅਲ ਦੇ ਦਿੱਤੀ ਹੈ, ਬਾਕੀ ਸਰਜਨ ਓਪੀਨੀਅਨ ਦੇ ਬਾਅਦ ਆਪਾਂ ਬਾਕੀ ਡਿਕਲੇਅਰ ਕਰਾਂਗੇ। ਉਹ ਸਾਰਾ ਐਕਸਰੇ ਤੋਂ ਬਾਅਦ ਜਾਂ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਅਰ ਹੋਏਗਾ ਸਾਰਾ। ਹਾਂਜੀ, ਪੁਲਿਸ ਰਿਪੋਰਟ ਤਿਆਰ ਹੈ, ਅਤੇ ਉਹ ਵੀ ਥੋੜ੍ਹੀ ਦੇਰ 'ਚ ਅੱਗੇ ਪੁਲਿਸ ਚੌਂਕੀ 'ਚ ਫੜਾ ਦਾਂਗੇ।